ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਡੀਐਸਪੀ ਹੈੱਡ ਕੁਆਟਰ ਬਲਦੇਵ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲ ਦਸੰਬਰ ਦੇ ਮਹੀਨੇ ਸਰਕਾਰੀ ਹਸਪਤਾਲ ਮਾਨਾਵਾਲੇ ਦੇ ਸਾਹਮਣੇ ਹਰਸ਼ ਮੈਡੀਕਲ ਸਟੋਰ ਤੋਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਜੋ ਕਿ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਉਹਨਾਂ ਵੱਲੋਂ ਮਲਕੀਤ ਸਿੰਘ ਵਾਸੀ ਵਡਾਲੀ ਡੋਗਰਾ ਉੱਤੇ 12 ਬੋਰ ਦੀ ਗੰਨ ਦੇ ਨਾਲ ਫਾਇਰ ਕਰਕੇ ਜ਼ਖਮੀ ਕਰਕੇ ਸਵਿਫਟ ਗੱਡੀ 'ਤੇ ਫਰਾਰ ਹੋ ਗਏ ਸਨ। ਇਸ ਦੀ ਥਾਣਾ ਚਾਟੀਵਿੰਡ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਸੀ। ਇਸ ਦੇ ਚੱਲਦਿਆਂ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਪਤਾ ਲੱਗਿਆ ਕਿ ਜਿਹੜੀ ਸਵਿਫਟ ਕਾਰ ਵਿੱਚ ਦੋਸ਼ੀ ਆਏ ਸਨ ਉਸਦਾ ਨੰਬਰ PB38D5772 ਹੈ। ਇਸ ਦੇ ਚੱਲਦਿਆਂ ਪੁਲਿਸ ਨੇ ਸਾਜਨਦੀਪ ਤੇ ਲਵਪ੍ਰੀਤ ਸਿੰਘ ਨੂੰ ਸਵਿਫਟ ਕਾਰ ਸਣੇ ਕਾਬੂ ਕਰ ਲਿਆ ਤੇ ਉਹਨਾਂ ਕੋਲੋਂ ਹਮਲੇ ਦੇ ਦੌਰਾਨ ਵਰਤੀ ਗਈ 12 ਬੋਰ ਦੀ ਗੰਨ ਵੀ ਬਰਾਮਦ ਕਰ ਲਈ। ਪੁਲਿਸ ਵੱਲੋਂ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਆਪਣੀ ਰੰਜਿਸ਼ ਦਾ ਕਾਰਨ ਦੱਸਿਆ। ਮਿਤੀ 24/12/2020 ਨੂੰ ਸਰਕਾਰੀ ਹਸਪਤਾਲ ਮਾਨਾਵਾਲੇ ਸਾਹਮਣੇ ਸਥਿਤ ਹਰਸ਼ ਮੈਡੀਕਲ ਸਟੋਰ 'ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਸਵਿਫਟ ਕਾਰ ਵਿੱਚ ਆ ਕੇ ਫਾਇਰਿੰਗ ਕੀਤੀ ਗਈ ਅਤੇ ਮਲਕੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਵਡਾਲਾ ਡੋਗਰਾ 'ਤੇ ਇਹਨਾਂ ਫਾਇਰ ਕੀਤਾ ਅਤੇ ਉਹਨੂੰ ਜ਼ਖਮੀ ਕਰ ਦਿੱਤਾ। ਮੌਕਾ ਤੋਂ ਸਵਿਫਟ ਕਾਰ ਲੈ ਕੇ ਭੱਜ ਕੇ ਜਿਸ 'ਤੇ ਥਾਣਾ ਚਾਟੀਵਿੰਡ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 346 ਮਿਤੀ 25/2020 ਨੂੰ ਜੁਰਮ 307-34 IPC ਤਹਿਤ ਮੁਕੱਦਮਾ ਦਰਜ ਹੋਇਆ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਜੋ ਸ਼੍ਰੀ ਧਰੁਵ ਦਹੀਆ SSP ਅੰਮ੍ਰਿਤਸਰ ਦਿਹਾਤੀ ਜੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਚਾਟੀਵਿੰਡ ਦੁਆਰਾ CCTV ਕੈਮਰਿਆਂ ਨੂੰ ਖੰਗਾਲਿਆ ਗਿਆ। ਪਤਾ ਲੱਗਾ ਕਿ ਗੱਡੀ ਦਾ ਨੰਬਰ PB38D5772 ਹੈ ਜਿਸ 'ਤੇ ਜਸ਼ਨਦੀਪ ਸਿੰਘ ਸਾਜਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਾਨਾਵਾਲਾ ਅਤੇ ਲਵਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਜੋਤੀ ਸ਼ਾਹ ਸਭਰਾ ਤਰਨ ਤਾਰਨ ਨੂੰ ਘਟਨਾ ਵਿੱਚ ਵਰਤੀ ਸਵਿਫਟ ਕਾਰ ਨਾਲ ਗ੍ਰਿਫਤਾਰ ਕਰ ਲਿਆ ਅਤੇ ਦੋਸ਼ੀ ਸਾਜਨਦੀਪ ਸਿੰਘ ਵੱਲੋਂ ਵਰਤੀ 12 ਬੋਰ ਗੰਨ ਬਰਾਮਦ ਕਰ ਲਈ ਗਈ ਜੋ ਦੋਨਾਂ ਦੋਸ਼ੀਆਂ ਦੀ ਬੇਹੱਦ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹਰ ਪਹਿਲੂ ਨੂੰ ਖੰਗਾਲਿਆ ਜਾ ਰਿਹਾ। ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮੁਕੱਦਮੇ ਦਰਜ ਨਹੀਂ? ਇਹਨਾਂ ਦੇ ਫਿਲਹਾਲ ਹੁਣ ਤੱਕ ਦੀ ਪੁੱਛਗਿੱਛ ਅਤੇ ਕੋਈ ਗੰਨ ਦੀ ਤਸਦੀਕ ਹੋ ਰਹੀ ਹੈ ਜੀ, ਉਹ ਸਰ ਕਰਾਂਗੇ ਵੈਰੀਫਾਈ। ਹਾਂਜੀ, ਗੋਲੀ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ ਹੈਗੀ ਸੀ, ਇਹਨਾਂ ਦੀ ਆਪਸ ਵਿੱਚ ਹੀ ਕੋਈ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ? ਨਹੀਂ, ਗੈਂਗ ਵਾਲਾ ਨਹੀਂ ਕੋਈ ਅੱਜ ਤੱਕ ਕੋਈ ਇਹੋ ਜਿਹਾ ਕੋਈ ਪਹਿਲੂ ਨਜ਼ਰ ਨਹੀਂ ਆਇਆ ਜੀ ਗੈਂਗ ਵਾਲਾ। 12 ਬੋਰ ਰਫਲ ਬਰਾਮਦ ਹੋਈ ਆ ਜੀ? ਨਹੀਂ, ਰਾਊਂਡ ਨਹੀਂ ਬਰਾਮਦ ਹੋਈ। ਅਵਾਜ਼ੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।